ਪੰਜਾਬ ਦੇ ਵਿੱਚ ਭਗਵੰਤ ਮਾਨ ਤੇਜਰੀ ਵਾਲ ਸਰਕਾਰ ਆਮ ਆਨਮੀ ਪਾਰਟੀ ਸਰਕਾਰ ਫ੍ਰੀ ਬਿਜਲੀ ਨਹੀਂ ਦੇ ਪਾਉਗੀ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਨੂੰ ਇਹ ਗੱਲ ਕਹੀ ਹੈ ਕਿ ਐਸੀ ਤੁਹਾਡਾ ਸਭ ਕੁਝ ਬੰਦ ਕਰ ਦੇਾਂਗੇ ਜਿੰਨੀ ਏਡ ਤੁਹਾਨੂੰ ਮਿਲਦੀ ਹੈ ਜਿੰਨਾ ਪੈਸਾ ਅਸੀਂ ਤੁਹਾਨੂੰ ਦਿੰਨੇ ਆ ਗੁੱਡ ਏਵਰੀਵਨ ਆਮ ਬੈਕ ਆਮ ਬੈਕ ਵਿਦ ਅ ਨਿਊ ਡਿਸਪਿਊਟ ਇਨ ਰਿਫਿਊਟਡ ਸੋ ਆਇਦਾ ਮੁੱਦਾ ਕੀ ਹੈ ਆਇਦਾ ਮੁੱਦਾ ਪਹਿਲਾਂ ਤੁਸੀਂ ਪਿੱਛੇ ਲੱਗੀ ਫੋਟੋਗ੍ਰਾਫ ਦੇਖੋ ਸਕਰੀਨ ਤੇ ਅਸੀਂ ਫੋਟੋਗ੍ਰਾਫ ਤੁਸੀਂ ਕਹੋਗੇ ਆ ਫੋਟੋਗ੍ਰਾਫ ਕਿਉਂ ਦਿਖਾ ਰਹੇ ਹੋ ਅਸੀਂ ਕਿਸੇ ਦਾ ਮਜ਼ਾਕ ਨਹੀਂ ਉਡਾ ਰਹੇ ਲੇਕਿਨ ਇਹ ਫੋਟੋਗ੍ਰਾਫ ਇੱਕ ਬਹੁਤ ਵੱਡਾ ਮੁੱਦਾ ਹੈ ਐਕਚੁਅਲੀ ਫੋਟੋਗ੍ਰਾਫ ਮੁੱਦਾ ਨਹੀਂ ਹੈ ਇਹਦੇ ਨਾਲ ਜੁੜਿਆ ਹੋਇਆ ਮੁੱਦਾ ਬਹੁਤ ਵੱਡਾ ਮੁੱਦਾ ਹੈ ਇਹਦੇ ਨਾਲ ਕੀ ਸੀ ਇਹ ਉਦੋਂ ਦੀ ਫੋਟੋਗ੍ਰਾਫ ਹੈ ਜਦੋਂ ਅਰਵਿੰਦ ਕੇਜਰੀਵਾਲ ਨੇ ਆਦੀ ਰਾਜਨੀਤੀ ਸ਼ੁਰੂ ਕੀਤੀ ਸੀ ਉਹ ਕੀ ਰਾਜਨੀਤੀ ਸੀ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਬਿਜਲੀ ਦਾ ਬਿੱਲ ਭਰਨਾ ਪੈ ਰਿਹਾ ਹੈ ਲੋਕ ਅਫੋਰਡ ਨਹੀਂ ਕਰ ਸਕਦੇ ਉਹਨਾਂ ਨੇ ਬਿਜਲੀ ਦੀ ਤਾਰਾ ਕਟੀਆਂ ਇਕ ਫਿਰ ਕਿ ਆ ਕੇ ਅਸੀਂ ਜਦੋਂ ਸਰਕਾਰ ਬਣਾਵਾਂਗੇ ਅਸੀਂ ਫ੍ਰੀ ਬਿਜਲੀ ਦੇਵਾਂਗੇ ਤੇ ਉਹਨਾਂ ਨੇ ਦਿੱਤੀ ਦਿੱਲੀ ਦੇ ਵਿੱਚ ਦਿੱਤੀ ਪੰਜਾਬ ਦੇ ਵਿੱਚ ਵੀ ਗਾਰੰਟੀ ਕੀਤੀ ਕਿ ਅਸੀਂ ਫ੍ਰੀ ਬਿਜਲੀ ਦੇਵਾਂਗੇ 300 ਯੂਨਿਟ 3 ਬਿਜਲੀ ਲੇਕਿਨ ਅੱਜ ਸਾਨੂੰ ਕੁਝ ਇਹ ਜੀ ਚੀਜ਼ ਪਤਾ ਲੱਗੀ ਇਹ ਜੋ ਮੁੱਦਾ ਸਾਡੇ ਹੱਥ ਆਇਆ ਕਿ ਉਹ ਇਹ ਨਹੀਂ ਕਰ ਪਾਂਗੇ ਪੰਜਾਬ ਦੇ ਵਿੱਚ ਭਗਵੰਤ ਮਾਨ ਕੇਜਰੀਵਾਲ ਸਰਕਾਰ ਆਮ ਆਨੰਦ ਪਾਰਟੀ ਸਰਕਾਰ ਫ੍ਰੀ ਬਿਜਲੀ ਨਹੀਂ ਦੇ ਪਾਉਗੀ ਕਿਉਂ ਨਹੀਂ ਦੇ ਪਾਉਗੀ ਉਹ ਇਸ ਕਰਕੇ ਨਹੀਂ ਦੇ ਪਾਉਗੀ ਕਿਉਂਕਿ ਪ੍ਰਾਈਮ ਮਿਨਿਸਟਰ ਆਫ ਇੰਡੀਆ ਐਂਡ ਅਮਿਤ ਸ਼ਾਹ ਜੀ ਹੋਮ ਮਿਨਿਸਟਰ ਆਫ ਇੰਡੀਆ ਲੇਕਿਨ ਹੋਮ ਮਿਨਿਸਟਰੀ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਹੈ ਲੇਕਿਨ ਤੁਹਾਨੂੰ ਪਤਾ ਹੈ ਜਦੋਂ ਇਹ ਜੋੜੀ ਮਿਲ ਜਾਂਦੀ ਹੈ ਤਾਂ ਬਹੁਤ ਕੁਝ ਕਰ ਜਾਂਦੀ ਹੈ ਸੋ ਅੱਜ ਕੀ ਹੋਇਆ ਹੈ ਅੱਜ ਇਹ ਹੋਇਆ ਹੈ ਕਿ ਸਰਕਾਰ ਨੇ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਨੂੰ ਇਹ ਗੱਲ ਕਹੀ ਹੈ ਕਿ ਅਸੀਂ ਤੁਹਾਡਾ ਸਭ ਕੁਝ ਬੰਦ ਕਰ ਦੇਵਾਂਗੇ ਜਿੰਨੀ ਏਡ ਤੁਹਾਨੂੰ ਮਿਲਦੀ ਹੈ ਜਿੰਨਾ ਪੈਸਾ ਅਸੀਂ ਤੁਹਾਨੂੰ ਦਿੰਨੇ ਆ ਸ਼ਾਇਦ ਜੀਐਸਟੀ ਵਗੈਰਾ ਵੀ ਸਾਰਾ ਕੁਝ ਅਸੀਂ ਬੰਦ ਕਰ ਦਾਂਗੇ ਜਦੋਂ ਤੱਕ ਤੁਸੀਂ ਆ ਸਾਡੀ ਨਵੀਂ ਇਨਸਟਰਕਸ਼ਨ ਫੋਲੋ ਨਹੀਂ ਕਰਦੇ ਇਹਨੂੰ ਲਾਗੂ ਨਹੀਂ ਕਰਦੇ ਕੀ ਹੈ ਉਹ ਇਨਸਟਰਕਸ਼ਨ ਉਹ ਇਨਸਟਰਕਸ਼ਨ ਇਹ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਪ੍ਰੀਪੇਡ ਮੀਟਰ ਲਗਾਉਣੇ ਸ਼ੁਰੂ ਕਰੋ ਮਤਲਬ ਮਤਲਬ ਇਹ ਹੈ ਕਿ ਜੇ ਹੁਣ ਜਿਹੜੀ ਤੁਸੀਂ ਬਿਜਲੀ ਯੂਜ਼ ਕਰਦੇ ਆ ਆਪਾਂ ਆਪਨਾ ਜਿੰਨਾ ਬਿਜਲੀ ਦਾ ਆਪਾ ਮਹੀਨੇ ਦੇ ਵਿੱਚ ਬਿਜਲੀ ਲਗਾਨੇ ਆ ਦੋ ਮਹੀਨੇ ਵਿੱਚ ਬਿਜਲੀ ਖਰਚ ਕਰਦੇ ਆ ਉਹਦਾ ਬਿੱਲ ਆਂਦਾ ਤੇ ਫਿਰ ਆਪਾ ਪੇ ਕਰਦੇ ਆ ਆਹੀ ਕੁਛ ਹੁੰਦਾ ਹੈ ਲੇਕਿਨ ਪ੍ਰੀपेड ਮੀਟਰ ਕਿਵੇਂ ਹੋਏਗਾ ਪ੍ਰੀपेड ਮੀਟਰ ਸੇਮ ਹੋਏਗਾ ਜਿਵੇਂ ਆਪਣਾ ਪ੍ਰੀपेड ਮੋਬਾਈਲ ਹੁੰਦਾ ਹੈ ਜਿਵੇਂ ਆਪਾਂ ਉਹਨੂੰ ਪਹਿਲਾਂ ਰੀਚਾਰਜ ਕਰਦੇ ਆ ਫਿਰ ਉਹਨੂੰ ਯੂਜ਼ ਕਰਦੇ ਆ ਇਸੇ ਤਰ੍ਹਾਂ ਨਾਲ ਇਲੈਕਟ੍ਰਿਸਿਟੀ ਬਿਜਲੀ ਪ੍ਰੀपेड ਯੂਜ਼ ਹੋਏਗੀ ਪ੍ਰੀपेड ਹੋਏਗੀ ਤੁਹਾਨੂੰ ਰੀਚਾਰਜ ਕਰਨਾ ਪਊਗਾ ਕਾਰਡ ਦੇ ਥਰੂ ਜਾਂ ਕਿਸੇ ਜਿਹੇ ਤਰੀਕੇ ਦੇ ਨਾਲ ਤੁਸੀਂ ਉਹਨੂੰ ਰੀਚਾਰਜ ਕਰੋਗੇ प्रीपेड पहला पे करोगे तो फिर तुम्हारी बिजली चलेगी। ਹੁਣ ਇਹਦੇ ਵਿੱਚ ਕਈ ਚੀਜ਼ਾਂ ਨੇ। ਇਹ ਜਿਵੇਂ ਹੋ ਸਕਦਾ ਹੈ ਕਿ ਬੰਦਾ ਆਇਆ ਤੁਹਾਡੇ ਘਰੇ ਕੋਈ ਮਹਿਮਾਨ ਆਇਆ ਹੋਵੇ, ਬਿਜਲੀ ਬਹੁਤ ਵਧੀਆ ਚੱਲ ਰਹੀ ਹੈ, ਸਾਰਾ ਕੁਝ ਚੱਲ ਰਿਹਾ ਹੈ। ਲੇਕਿਨ ਤੁਹਾਡੇ ਧਿਆਨ ਚ ਨਹੀਂ ਆਇਆ ਤੇ ਉਹਦਾ ਰੀਚਾਰਜ ਖਤਮ ਹੋ ਗਿਆ। ਰੀਚਾਰਜ ਖਤਮ ਹੋਇਆ, ਬਿਜਲੀ ਬੰਦ। ਜਦੋਂ ਤੱਕ ਰੀਚਾਰਜ ਨਹੀਂ ਕਰਾਉਂਗੇ, ਉਦੋਂ ਤੱਕ ਬਿਜਲੀ ਚੱਲੇਗੀ ਨਹੀਂ। ਪ੍ਰੋਬਲਮ ਹੋ ਜੂਗੀ। ਇਹਦੇ ਨਾਲ ਇੱਕ ਚੀਜ਼ ਹੋਰ ਵੀ ਪ੍ਰੋਬਲਮ ਹੈ। ਐਡੀਕੀ ਪ੍ਰੋਬਲਮ ਨਹੀਂ ਹੈ। ਇਹ ਤਾਂ ਚਲੋ ਬੰਦਾ ਯੂਜ਼ ਵੀ ਕਰ ਲੇਗਾ। ਇੱਕ ਦਿਨ ਪਹਿਲਾਂ ਮੈਸੇਜ ਵੀ ਆ ਜਾਂਦਾ ਕਿ ਤੁਹਾਡਾ ਰੀਚਾਰਜ ਖਤਮ ਹੋਣ ਵਾਲਾ ਹੈ 올 ਦੋਸ ਥਿੰਗਸ ਬਟ ਦੇਰ ਇਜ਼ ਅਨਦਰ ਇਸ਼ੂ ਬਹੁਤ ਵੱਡਾ ਇਸ਼ੂ ਇਹ ਹੈ ਕਿ ਜਿਹੜਾ ਕੇਜਰੀਵਾਲ ਮਿਸਟਰ ਕੇਜਰੀਵਾਲ ਭਗਵੰਤ ਮਾਨ ਸਾਹਿਬ ਸੀਐਮ ਨਾਓ ਜੋ ਸੀਐਮ ਨੇ ਪੰਜਾਬ ਦੇ ਹੁਣ ਇਹਨਾਂ ਨੇ ਗਾਰੰਟੀ ਦਿੱਤੀ ਸੀ ਕਿ ਅਸੀਂ ਪੰਜਾਬ ਦੇ ਵਿੱਚ ਬਿਜਲੀ ਫ੍ਰੀ ਕਰਾਂਗੇ ਤੇ ਜੇ ਪ੍ਰੀਪੇਡ ਹੋ ਜਾਊਗਾ ਤਾਂ ਬਿਜਲੀ ਸ਼ਾਇਦ ਫ੍ਰੀ ਨਹੀਂ ਹੋ ਪਾਏਗੀ ਬਹੁਤ ਮੁਸ਼ਕਲ ਹੋ ਜਾਏਗਾ ਸ਼ਾਇਦ ਨਾ ਮੁਮਕਿਨ ਵੀ ਹੋ ਜਾਏ ਹੋਣੇ ਸਟ੍ਰੋਕ ਜਿਹੜਾ ਹੈ ਹੋਣੇ ਜਿਹੜੀ ਜਿਹੜੀ ਇਹ ਗੱਲ ਕੇਂਦਰ ਸਰਕਾਰ ਨੇ ਕਹੀ ਹੈ ਉਹ ਕਿਉਂ ਕਹੀ ਹੈ ਉਹਨਾਂ ਨੇ ਕਹਿਣ ਦਾ ਤਾਂ ਇਹ ਮਤਲਬ ਹੈ ਕਿ ਤੁਸੀਂ ਪਹਿਲੇ ਖਰਚੇ ਦੇ ਵਿੱਚ ਡੁੱਬੇ ਹੋ ਹੋ ਪੈਸੇ ਤੁਸੀਂ ਸਰਦ ਤੋਂ ਮੰਗ ਰਹੇ ਹੋ ਤੇ ਤੁਹਾਡੇ ਬਿਜਲੀ ਦੇ ਬਿੱਲ ਲੋਕਾਂ ਤੋਂ ਬਕਾਇਆ ਹੈ ਲੋਕ ਬਿਜਲੀ ਵਰਤ ਕੇ ਪੈਸੇ ਨਹੀਂ ਦਿੰਦੇ ਕਾਫੀ ਕੁਝ ਉਹਨਾਂ ਨੇ ਕਿਹਾ ਕਾਫੀ ਕੁਝ ਉਸ ਰਿਪੋਰਟ ਦੇ ਵਿੱਚ ਹੈ ਜਦੋਂ ਪੂਰੀ ਰਿਪੋਰਟ ਆਏਗੀ ਅਸੀਂ ਤੁਹਾਨੂੰ ਉਹ ਵੀ ਦਿਖਾਵਾਂਗੇ ਲੇਕਿਨ ਮੇਨ ਮੇਨ ਪੁਆਇੰਟ ਤਾਂ ਉਹ ਦੱਸ ਰਹੇ ਆ ਇਸ ਕਰਕੇ ਤੁਹਾਨੂੰ ਪ੍ਰਾਈਵੇਟ ਮੀਟਰ ਲਗਾਉਣੇ ਚਾਹੀਦੇ ਨੇ ਇਹਨੂੰ ਇੰਪਲੀਮੈਂਟ ਕਰੋ ਅਦਰਵਾਈਜ਼ ਵੀ ਵਿਲ ਸਟਾਪ ਏਵਰੀ ਬੈਨੀਫਿਟਸ ਫਰਮ ਦ ਸੈਂਟਰਲ ਗਵਰਨਮੈਂਟ ਅਸੀਂ ਜਿੰਨਾ ਵੀ ਪੈਸਾ ਜੋ ਵੀ ਸਬਸਿਡੀ ਜਾਰਾ ਜੋ ਵੀ ਸਭ ਕੁਝ ਦਿੰਨੇ ਆ ਕੋਈ ਵੀ ਚੀਜ਼ ਜਿਹੜੀ ਸੈਂਟਰਲ ਗਵਰਨਮੈਂਟ ਤੋਂ ਤੁਹਾਨੂੰ ਮਿਲਦੀ ਹੈ ਪੰਜਾਬ ਵਾਸਤੇ ਉਹ ਬੰਦ ਕਰ ਦਿੱਤੀ ਜਾਊਗੀ ਜੇ ਤੁਸੀਂ ਸਾਡੀ ਗੱਲ ਨਹੀਂ ਮੰਨੋਗੇ ਹੁਣ ਇਹ ਇਸ ਨੂੰ ਇੱਕ ਇੱਕ ਮਾਸਟਰ ਸਟ੍ਰੋਕ ਹੈ ਮਾਸਟਰ ਸਟ੍ਰੋਕ ਕਿਵੇਂ ਇਹ ਮਾਸਟਰ ਸਟ੍ਰੋਕ ਇਸ ਤਰ੍ਹਾਂ ਹੈ ਕਿ ਜਦੋਂ ਵੀ ਆਮ ਆਨIi ਪਾਰਟੀ ਇਲੈਕਸ਼ਨਸ ਦੇ ਵਿੱਚ ਜਾਂਦੀ ਹੈ ਤੋਂ ਇੱਕੋ ਗੱਲ ਕਹਿੰਦੀ ਹੈ ਅਸੀਂ ਐਜੂਕੇਸ਼ਨ ਫ੍ਰੀ ਕਰ ਦਾਂਗੇ ਅਸੀਂ ਹਸਪੀਟਲ ਫ੍ਰੀ ਕਰ ਦਾਂਗੇ ਅਸੀਂ ਬਿਜਲੀ ਫ੍ਰੀ ਕਰ ਦਾਂਗੇ ਬਿਜਲੀ ਉਹਨਾਂ ਦਾ ਬਹੁਤ ਵੱਡਾ ਹਿੱਸਾ ਹੈ ਉਹਨਾਂ ਦੇ ਇਲੈਕਸ਼ਨ ਕੈਂਪੇਨ ਦਾ ਔਰ ਲੋਕ ਉਹਨਾਂ ਤੇ ਯਕੀਨ ਵੀ ਕਰਦੇ ਨੇ ਕਿਉਂਕਿ ਉਹਨਾਂ ਨੇ ਦਿੱਲੀ ਦੇ ਵਿੱਚ ਕੀਤਾ ਅਗਰ ਉਹ ਹੁਣ ਪੰਜਾਬ 'ਚ ਨਹੀਂ ਕਰ ਪਾਏ ਠੀਕ ਹੈ ਉਸ ਤੋਂ ਬਾਅਦ ਅਗਲੀ ਸਟੇਟਸ ਦੇ ਵਿੱਚ ਇਹ ਗੱਲ ਨਹੀਂ ਕਰ ਪਾਣਗੇ ਇਸ ਨਾਲ ਕੀ ਹੋਏਗਾ ਕਿ ਆਮ ਆਨਵੀ ਪਾਰਟੀ ਦੀ ਨਿੰਦਿਆ ਹੋਊਗੀ ਲੋਕ ਆਮ ਆਨਵੀ ਪਾਰਟੀ ਨੂੰ ਕੋਸ਼ਨ ਕਰਨਗੇ ਕਿ ਤੁਸੀਂ ਵਾਅਦਾ ਕੀਤਾ ਸੀ ਅਸੀਂ ਬਿਜਲੀ ਫਰੀ ਕਰਾਂਗੇ ਪਰ ਤੁਸੀਂ ਬਿਜਲੀ ਫਰੀ ਕੀਤੀ ਨਹੀਂ ਇਹ ਚੀਜ਼ ਭਾਜਪਾ ਬਹੁਤ ਉਚਾਲੇਗੀ ਵਿਰੋਧੀ ਬਹੁਤ ਉਚਾਲਣਗੇ ਇਹ ਇੱਕ ਚੀਜ਼ ਹੈ ਇਹਦੇ ਨਾਲ ਹੀ ਖੋਰ ਪਹਿਲੂ ਵੀ ਹੈ ਕੌਨਸੀ ਪ੍ਰੈਸਿਪੀਵ ਥਿਉਰੀ ਹੈ ਮੈ ਮੈਨੂੰ ਕਿਸੇ ਨੇ ਇਹ ਗੱਲ ਕਹੀ ਔਰ ਉਹ ਸੱਚ ਵੀ ਹੋ ਸਕਦੀ ਹੈ ਤੁਸੀਂ ਦੇਖਣਾ ਹੈ ਕਿ ਕਿਹੜੀ ਚੀਜ਼ ਸਹੀ ਹੋ ਸਕਦੀ ਹੈ ਕਿ ਇਹ ਮੋਦੀ ਨੇ ਮੋਦੀ ਔਰ ਕੇਜਰੀਵਾਲ ਦਾ ਕੀਤਾ ਕਿਤਾ ਕਿਤਾਇਆ ਹੈ ਜਿਹੜੀ ਇਹਨਾਂ ਦੀ ਆਪਸ ਵਿੱਚ ਜਿਹੜੀ ਸੰਗਣ ਚੱਲ ਰਹੀ ਹੈ ਅੱਜਕੱਲ ਲੋਕੀ ਕਹਿ ਰਹੇ ਨੇ ਕਿ ਅੰਦਰੋਂ ਇਹਨਾਂ ਦੀ ਸੰਗਣ ਚੱਲ ਰਹੀ ਹੈ ਕਾਂਗਰਸ ਨੂੰ ਹਰਾਉਣ ਵਾਸਤੇ ਕਿ ਇਹਨਾਂ ਦੀ ਸੰਗਣ ਚੱਲ ਰਹੀ ਹੈ ਔਰ ਇਹਨਾਂ ਨੇ ਜਾਣਬੁੱਝ ਕੇ ਇਹ ਕੀਤਾ ਕਿਉਂਕਿ ਬਿਜਲੀ ਫ੍ਰੀ ਨਹੀਂ ਦੇ ਸਕਦੇ ਹੁਣ ਕੇਜਰੀਵਾਲ ਭਗਵੰਤ ਮਾਨ ਕੀ ਕਹਿਣਗੇ ਕਿ ਜੀ ਅਸੀਂ ਤਾਂ ਫ੍ਰੀ ਕਰਦੇ ਸੀ ਲੇਕਿਨ ਜਾਣ ਬੁਝ ਕੇ ਮੋਦੀ ਸਾਨੂੰ ਨਹੀਂ ਕਰਨ ਦਿੱਤਾ ਉਹਨਾਂ ਨੇ ਆਹ ਪਾਲਿਸੀ ਲਾਤੀ ਇਸ ਕਰਕੇ ਅਸੀਂ ਫ੍ਰੀ ਨਹੀਂ ਕਰ ਸਕਦੇ ਨਾਲ ਤਾਂ ਦਿੱਲੀ ਤੋਂ ਪਾਲਿਸੀ ਹਟਾ ਦੇਣ ਦਿੱਲੀ ਤੋਂ ਫ੍ਰੀ ਹਟਾ ਦੇਣਗੇ ਨਾਲੇ ਪੰਜਾਬ ਤੋਂ ਫ੍ਰੀ ਹਟਾ ਦੇਣਗੇ ਨਾਲੇ ਵਾਹ ਵਾਹ ਹੀ ਲੈ ਜਾਣਗੇ ਇਹ ਉਹ ਕੀ ਗੱਲ ਹੈ ਇੱਕ ਹੋਰ ਥਿਉਰੀ ਜਿਹੜੀ ਸਾਹਮਣੇ ਆਂਦੀ ਹੈ ਤੀਜੀ ਸੰਭਾਵਨਾ ਤੀਜੀ ਸੰਭਾਵਨਾ ਇਹ ਹੈ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਇਹ ਗੱਲ ਪਤਾ ਸੀ ਕਿ ਆਹ ਚੀਜ਼ ਹੋਣ ਵਾਲੀ ਹੈ ਕਿ ਪ੍ਰੀ ਪੇਡ ਮੀਟਰਸ ਲਗਾਉਣ ਵਾਲਾ ਸਿਸਟਮ ਆਉਣ ਵਾਲਾ ਹੈ ਅਸੀਂ ਇੱਕ ਦੋ ਮਹੀਨੇ ਬਿਜਲੀ ਫ੍ਰੀ ਕਰ ਦਾਂਗੇ ਉਸ ਤੋਂ ਬਾਅਦ ਪ੍ਰੀ ਪੇਡ ਮੀਟਰ ਲਗਾ ਦਾਂਗੇ ਫਿਰ ਕਵਾਂਗੇ ਜੀ ਆ ਦੇਖੋ ਅਸੀਂ ਤਾਂ ਫ੍ਰੀ ਕਰ ਦਿੱਤੀ ਸੀ ਲੇਕਿਨ ਕਿਉਂਕਿ ਸੈਂਟਰ ਗਵਰਨਮੈਂਟ ਨੇ ਸਾਡੇ ਤੇ ਜੋਰ ਪਾਇਆ ਇਸ ਕਰਕੇ ਅਸੀਂ ਬਿਜਲੀ ਫ੍ਰੀ ਹੁਣ ਨਹੀਂ ਦੇ ਸਕਦੇ ਲੇਕਿਨ ਅਸੀਂ ਆਪ ਦਾ ਵਾਦਾ ਪੂਰਾ ਕੀਤਾ ਉਹ ਮਹੀਨਾ ਦੋ ਤਿੰਨ ਮਹੀਨੇ ਇਹਨੂੰ ਫ੍ਰੀ ਕਰ ਦੇਣਗੇ ਲੋਕ ਖੁਸ਼ ਹੋ ਜਾਣਗੇ ਨਾਲੇ ਫ੍ਰੀ ਬਿਜਲੀ ਦੇਣੀ ਨਹੀਂ ਪਊਗੀ ਇਹ ਤਿੰਨ ਥਿਊਰੀ ਸਾਹਮਣੇ ਨੇ ਤੁਹਾਨੂੰ ਕੀ ਲੱਗਦਾ ਹੈ ਕਿਹੜੀ ਥਿਊਰੀ ਠੀਕ ਹੈ డు ਲੈਟ ਅਸ نو ਕਮੈਂਟ ਦੇ ਵਿੱਚ ਜ਼ਰੂਰ ਦੱਸੋ ਕਿ ਤੁਹਾਨੂੰ ਕਿਹੜੀ ਥਿਊਰੀ ਠੀਕ ਲੱਗਦੀ ਹੈ ਔਰ ਕਿਹੜੀ ਗਲਤ ਥੈਂਕ ਯੂ ਅੱਜ ਆਜ ਵਾਸਤੇ ਐਨ ਆਈ ਮਿਲਾਂਗੇ ਫਿਰ ਨਮਸਕਾਰ Thank you.